ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਜੀ ਹਾਂ ਦੋਸਤੋ, ਬੁਲਟ ਤੇ ਵੀ ਅੱਜ ਆਪਾਂ ਪਟਾਕੇ ਪਾਵਾਂਗੇ, ਲੇਕਿਨ ਸਭ ਤੋਂ ਪਹਿਲਾਂ ਬੀਐਫਪੀ ਮੀਡੀਆ ਅਤੇ ਫਿਲਮਸ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਗੁਰਮੀਤ ਕੌਰ ਧਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਹਾਂ ਦੋਸਤੋ, ਹੁਣ ਆ ਰਿਹਾ ਹੈ ਫੈਸਟੀਵਲ ਸੀਜ਼ਨ। ਨਵੰਬਰ, ਦਸੰਬਰ ਅਤੇ ਅਕਟੂਬਰ ਦਾ ਜੋ ਇਹ ਮਹੀਨਾ ਹੈ, ਇਹ ਸਾਰਾ ਹੈ ਜੀ ਫੈਸਟੀਵਲ ਸੀਜ਼ਨ ਦਾ। ਜੇ ਫੈਸਟੀਵਲ ਸੀਜ਼ਨ ਦੇ ਵਿੱਚ ਅਗਰ ਸ਼ਾਪਿੰਗ ਨਾ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਹੈ ਫੈਸਟੀਵਲ ਸੀਜ਼ਨ ਦਾ ਮਜ਼ਾ। ਜੀ ਹਾਂ ਦੋਸਤੋ, ਇਸ ਫੈਸਟੀਵਲ ਸੀਜ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਮੈਂ ਕਰਨ ਜਾ ਰਹੀ ਹਾਂ ਸ਼ਹਿਰ ਮਲੋਟ ਦੇ ਕੋਟ ਰੋਡ ਤੇ ਇੱਕ ਸ਼ੋਰੂਮ ਹੈ ਜੀ। ਸ਼ੋਰੂਮ ਦਾ ਨਾਮ ਹੈ ਧੂਰੀਆ ਇਲੈਕਟ੍ਰੋਨਿਕਸ। ਜੀ ਹਾਂ, ਧੂਰੀਆ ਇਲੈਕਟ੍ਰੋਨਿਕਸ, ਜਿੱਥੇ ਮਿਲ ਰਹੀ ਹੈ ਕੰਪਲੀਟ ਰੇਂਜ ਆਫ ਇਲੈਕਟ੍ਰੋਨਿਕ ਪ੍ਰੋਡਕਟਸ। ਸੋ ਜੀ, ਮੇਰੀ ਤੇ ਮਦਦ ਨੇ ਕਿਹਾ ਹੈਗਾ ਕਿ ਅੱਗੇ ਆ ਰਿਹਾ ਹੈ ਫੈਸਟੀਵਲ ਸੀਜ਼ਨ ਤੇ ਕੁਝ ਨਾ ਕੁਝ ਸ਼ਾਪਿੰਗ ਜ਼ਰੂਰ ਕਰਨੀ ਹੈ। ਸੋ ਅੱਜ ਮੈਂ ਜਾਊਂਗੀ ਇਸ ਸ਼ੋਰੂਮ ਦੇ ਵਿੱਚ, ਦੇਖੂੰਗੀ ਇਹਨਾਂ ਦਾ ਬਹੁਤ ਸਾਰਾ ਇਲੈਕਟ੍ਰੋਨਿਕਸ ਦਾ ਸਾਮਾਨ ਤੇ ਕੁਝ ਚੀਜ਼ਾਂ ਖਰੀਦਾਂਗੇ। ਜੀ, ਪੰਜਾਬੀਆਂ ਨੂੰ ਸ਼ਾਪਿੰਗ ਕਰਨਾ ਬਹੁਤ ਪਸੰਦ ਹੈ ਤੇ ਅੱਜ ਆਪਾਂ ਸ਼ਾਪਿੰਗ ਕਰਾਂਗੇ ਧੂਰੀਆ ਇਲੈਕਟ੍ਰੋਨਿਕਸ ਦਾ। ਆਓ ਚੱਲਦੇ ਹਾਂ, ਵਿਜ਼ਿਟ ਕਰਦੇ ਹਾਂ ਇਸ ਸ਼ੋਰੂਮ ਨੂੰ, ਦੇਖਦੇ ਹਾਂ ਕਿ ਨਵੇਂ ਆਫਰਸ ਦੀਵਾਲੀ ਨੂੰ ਲੈ ਕੇ ਇਹ ਧੂਰੀਆ ਇਲੈਕਟ੍ਰੋਨਿਕਸ ਆਪਾਂ ਨੂੰ ਪ੍ਰੋਵਾਈਡ ਕਰ ਰਿਹਾ। ਤਾਂ ਦੋਸਤੋ, ਮੈਂ ਸ਼ੋਰੂਮ ਸਾਰਾ ਘੁੰਮਿਆ, ਸਾਰੇ ਪ੍ਰੋਡਕਟਸ ਮੈਂ ਇੱਥੇ ਦੇਖੇ ਤੇ ਫਾਈਨਲੀ ਇੱਕ ਫੋਨ, ਜੀ ਹਾਂ, ਜਿਸ ਦੀ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਇਹ ਫੋਨ ਮੈਂ ਖਰੀਦਿਆ ਹੈ, ਲੇਕਿਨ ਮੇਰੇ ਕੋਲ ਦੋਸਤੋ ਹਾਰਡ ਕੈਸ਼ ਨਹੀਂ ਹੈ, ਮਤਲਬ ਮੇਰੇ ਕੋਲ ਕੈਸ਼ ਨਹੀਂ ਹੈਗਾ ਪੇ ਕਰਨ ਦੇ ਲਈ। ਸੋ ਆਲ ਆਈ ਹੈਵ ਇਜ਼ ਦਿਸ ਡੈਬਿਟ ਕਾਰਡ। ਸੋ ਪੁੱਛਦੇ ਹਾਂ ਜੀ, ਇੱਥੋਂ ਇਸ ਕਾਰਡ ਤੋਂ ਪੇਮੈਂਟ ਹੋ ਸਕਦੀ ਹੈ ਕਿ ਨਹੀਂ? ਹਾਂਜੀ ਸਰ, ਮੈਂ ਇਹ ਫੋਨ ਪਰਚੇਸ ਕੀਤਾ ਹੈ, ਲੇਕਿਨ ਮੇਰੇ ਕੋਲ ਕੈਸ਼ ਨਹੀਂ ਹੈਗਾ। ਬੈਠੋ ਮੈਡਮ, ਕੈਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਓ, ਕੈਸ਼ ਦੀ ਕੋਈ ਰਿਕੁਆਇਰਮੈਂਟ ਹੀ ਨਹੀਂ ਹੈ? ਸਰ, ਡੈਬਿਟ ਕਾਰਡ ਮੋਦੀ ਸਰਕਾਰ ਨੇ ਸਪੈਸ਼ਲ ਕਿਹਾ ਵੀ ਕੈਸ਼ ਲੈਣਾ ਹੀ ਨਹੀਂ ਹੈ। ਓਕੇ ਜੀ, ਵਾਹ ਕੀ ਬਾਤ ਹੈ। ਸਰ, ਕਿਸ ਤਰ੍ਹਾਂ ਤੁਸੀਂ ਪੇਮੈਂਟ ਲਾਓਗੇ, ਡੈਬਿਟ ਕਾਰਡ ਦੇ ਥਰੂ? ਇਸ ਕਾਊਂਟਰ ਤੇ ਤੁਹਾਨੂੰ ਸਾਰੀ ਫੈਸਿਲਿਟੀ ਅਵੇਲੇਬਲ ਹੈ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਬਜਾਜ ਫਾਈਨਾਂਸ, ਠੀਕ ਹੈ ਜੀ। ਪਰ ਮੈਂ ਤਾਂ ਇਹ ਕਹੂੰਗਾ ਤੁਹਾਨੂੰ, ਤੁਸੀਂ ਬਿਲਕੁਲ ਵੀ ਆਪਣਾ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਬਿਲਕੁਲ ਯੂਜ਼ ਨਾ ਕਰੋ, ਠੀਕ ਹੈ ਜੀ? ਸਾਡੇ ਕੋਲੋਂ ਬਜਾਜ ਫਾਈਨਾਂਸ ਕੰਪਨੀ ਤੋਂ ਲਓ। ਓਕੇ ਸਰ, ਠੀਕ ਹੈ ਜੀ। 67,000 ਦਾ ਅਗਰ ਤੁਸੀਂ ਮੋਬਾਈਲ ਪਰਚੇਸ ਕਰੋਗੇ ਜੀ, ਸਰ ਸਾਨੂੰ 1,000 ਪੇ ਕਰੋਗੇ। ਓਕੇ ਜੀ, ਬਾਕੀ ਸਾਰੇ ਦੀ ਸਾਰੀ ਇੰਸਟਾਲਮੈਂਟ ਤੁਹਾਨੂੰ ਕਰਕੇ ਦੇਵਾਂਗੇ। ਓਕੇ, ਇੰਸਟਾਲਮੈਂਟ ਤੇ ਕਿਸ ਤਰੀਕੇ? ਜ਼ੀਰੋ ਹੈ ਮੈਡਮ, ਜ਼ੀਰੋ। ਓਕੇ, ਜ਼ੀਰੋ ਪੇਮੈਂਟ, ਤੁਸੀਂ ਫਾਈਲ ਚਾਰਜਸ ਨਹੀਂ ਪੇ ਕਰੋਗੇ, ਠੀਕ ਹੈ ਸਰ? ਠੀਕ ਹੈ। ਹੋਰ ਇਸ ਤੋਂ ਇਲਾਵਾ ਵੀ ਅਗਰ ਤੁਸੀਂ ਹੋਰ ਵੀ ਕੋਈ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਜੀ ਸਰ ਕੀ ਕਰੋ? ਕੀ ਆਫਰਸ ਚੱਲ ਰਹੇ ਨੇ, ਕਿਉਂਕਿ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ, ਫੈਸਟੀਵਲ ਸੀਜ਼ਨ ਆ ਰਿਹਾ, ਤਾਂ ਤੁਸੀਂ ਮੈਨੂੰ ਦੱਸੋ ਸ਼ਾਪ ਦੇ ਵਿੱਚ ਹੋਰ ਕੀ ਆਫਰ ਚੱਲ ਰਹੇ ਨੇ? ਪ੍ਰੋਡਕਟ ਦੇ ਉੱਪਰ ਸਾਡੇ ਕੋਲ ਆਫਰ ਚੱਲ ਰਹੀਆਂ। ਫਸਟ ਆਫ ਆਲ, ਜਿਵੇਂ ਤੁਸੀਂ ਸੋਨੀ ਦੇ ਉੱਪਰ ਗੱਲ ਕਰੋਗੇ, ਠੀਕ ਹੈ, ਸੋਨੀ ਦੀ ਹਰ ਪ੍ਰੋਡਕਟ ਦੇ ਉੱਪਰ ਕੰਪਨੀ ਵੱਲੋਂ ਦੀਵਾਲੀ ਆਫਰਸ ਆ ਚੁੱਕੇ ਹੈ, ਪਲੱਸ ਮੇਰੇ ਸ਼ੋਰੂਮ ਵੱਲੋਂ ਧੂੜੇ ਇਲੈਕਟ੍ਰੋਨਿਕਸ ਵੱਲੋਂ ਵੀ ਤੁਹਾਨੂੰ ਕੁਛ ਨਾ ਕੁਛ ਐਕਸਟਰਾ ਗਿਫਟ ਦਿੱਤਾ ਜਾਏਗਾ, ਠੀਕ ਹੈ। ਸੋਨੀ ਦੀ ਐਲਈਡੀ ਦੇ ਉੱਪਰ ਤੁਹਾਨੂੰ ਨੀਅਰ ਅਬਾਊਟ 1,000 ਤੋਂ ਲੈ ਕੇ 6,000 ਤੱਕ ਅਸੀਂ ਗਿਫਟ ਦੇ ਰਹੇ ਹਾਂ, ਠੀਕ ਹੈ ਸਰ? ਇੱਕ ਗਿਫਟ ਕੰਪਨੀ ਵੱਲੋਂ, ਇੱਕ ਗਿਫਟ ਧੂੜੇ ਇਲੈਕਟ੍ਰੋਨਿਕਸ ਵੱਲੋਂ। ਹੁਣ ਤੁਹਾਨੂੰ ਬਹੁਤ ਮਤਲਬ ਇੱਕ ਦੇ ਨਾਲ ਇੱਕ ਫ੍ਰੀ, ਵਾਹ ਜੀ ਵਾਹ, ਕੀ ਬਾਤ ਹੈ, ਇੱਕ ਦੇ ਨਾਲ ਇੱਕ ਫ੍ਰੀ ਗਿਫਟ ਮਿਲ ਰਹੇ ਨੇ। ਇਸ ਤੋਂ ਇਲਾਵਾ ਐਲਜੀ ਦੀ ਕੰਪਨੀ ਹੈ, ਐਲਜੀ ਕੰਪਨੀ ਨੇ ਵੀ ਇਸ ਵਾਰ ਬਹੁਤ ਮੋਟੇ ਆਪਦੇ ਆਫਰਸ ਲਗਾਈਆਂ, ਹਰ ਪ੍ਰੋਡਕਟ ਦੇ ਨਾਲ ਇੱਕ ਸਪੈਸ਼ਲ ਗਿਫਟ ਲਗਾਇਆ, ਔਰ ਇਸ ਦੇ ਜੋ ਗਿਫਟ ਹਨ, ਸਪੋਜ਼ ਅਗਰ ਤੁਸੀਂ ਵਾਸ਼ਿੰਗ ਮਸ਼ੀਨ ਲਾਈਕ ਕਰਦੇ ਹੋ, ਫਰੰਟ ਲੋਡ ਵਾਸ਼ਿੰਗ ਮਸ਼ੀਨ, ਔਰ ਇੰਡੀਆ ਦੀ ਪਹਿਲੀ ਵਾਸ਼ਿੰਗ ਮਸ਼ੀਨ ਹੈ ਜਿਹੜੀ ਕਿ ਤੁਹਾਨੂੰ 10 ਸਾਲ ਦੀ ਵਾਰੰਟੀ ਦੇ ਨਾਲ ਮਿਲ ਰਹੀ ਹੈ, ਉਹ ਵੀ ਐਲਜੀ ਕੰਪਨੀ ਦੀ, ਠੀਕ ਹੈ। ਐਲ ਜੀ ਦੀ ਕੰਪਨੀ ਦੀ ਅਗਰ ਫਰੰਟ ਲੋਡ ਮਸ਼ੀਨ ਤੁਸੀਂ ਲਾਈਕ ਕਰਦੇ ਹੋ, 40,000 ਰੁਪਏ ਦੀ ਵਾਸ਼ਿੰਗ ਮਸ਼ੀਨ ਦੇ ਨਾਲ ਤੁਹਾਨੂੰ 10,000 ਰੁਪਏ ਦਾ ਅਸੀਂ ਗਿਫਟ ਦੇਵਾਂਗੇ। ਗਿਫਟ ਵੀ ਬਹੁਤ ਵਧੀਆ, ਵੈਕਿਊਮ ਕਲੀਨਰ ਜਾਂ ਹੋਮ ਥੀਏਟਰ, ਚੋਇਸ ਤੁਹਾਡੀ, ਚੋਇਸ ਸਾਡੀ। ਵਾਹ ਜੀ ਵਾਹ, ਕੀ ਬਾਤ ਹੈ, ਕਸਟਮਰ ਦੀ ਚੋਇਸ ਕਿ ਕਿੱਦਾਂ ਦਾ ਗਿਫਟ ਲੈਣਾ ਹੈਗਾ। ਸੋ
ਮਤਲਬ ਇਹ ਤਾਂ ਪੂਰਾ ਫਾਇਦੇ ਦਾ ਸੌਦਾ ਹੋ ਗਿਆ ਬਿਲਕੁਲ ਜੀ ਬਿਲਕੁਲ ਹਾਂਜੀ ਤਾਂ ਸਰ ਕਸਟਮਰ ਕਸਟਮਰ ਦਾ ਕੀ ਫੀਡਬੈਕ ਹੈ ਕਸਟਮਰ ਦਾ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਮਿਲ ਰਿਹਾ ਜੀ ਕਿੰਨਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇਸ ਸ਼ੋਰੂਮ ਨੂੰ ਮੈਨੂੰ ਮੈਡਮ ਇਸ ਸ਼ੋਰੂਮ ਨੂੰ 16 ਸਾਲ ਹੋ ਚੁੱਕੇ ਹੈ 16 ਸਾਲ ਹੋ ਗਏ ਹਾਂਜੀ ਹਾਂਜੀ ਔਰ ਬਹੁਤ ਵਧੀਆ ਰਿਸਪੌਂਸ ਮਿਲਿਆ ਪਹਿਲੇ ਮੇਰਾ ਇੱਕ ਬਹੁਤ ਛੋਟਾ ਜਿਹਾ ਸ਼ੋਰੂਮ ਸੀਗਾ ਠੀਕ ਹੈ ਉਸ ਤੋਂ ਬਾਅਦ ਮੇਰਾ ਇਹ ਸ਼ੋਰੂਮ ਬਣ ਚੁੱਕਿਆ ਹੋਣੇ ਵਾਲਾ ਠੀਕ ਹੈ ਸਰ ਇਹ ਸਭ ਮੇਰੇ ਫਾਦਰ ਸਾਹਿਬ ਦੀ ਕਿਰਪਾ ਨਾਲ ਹੋਇਆ ਜੀ ਵਾਹ ਕੀ ਬਾਤ ਹੈ ਠੀਕ ਹੈ ਜੀ ਔਰ ਅਸੀਂ ਇਸ ਤੋਂ ਇਲਾਵਾ ਹੋਰ ਵੀ ਸੋਚ ਰਹੇ ਹਾਂ ਕੁਝ ਕਸਟਮਰ ਨੂੰ ਐਕਸਟਰਾ ਦੇਣ ਵਾਸਤੇ ਠੀਕ ਹੈ ਤੁਸੀਂ ਸਾਰਾ ਸ਼ੋਰੂਮ ਘੁੰਮ ਕੇ ਦੇਖ ਲਿਆ ਤੁਹਾਨੂੰ ਕੋਈ ਕਮੀ ਲੱਗੀ ਹੈ ਤਾਂ ਸਾਨੂੰ ਉਹ ਵੀ ਦੱਸੋ ਜੀ ਜੀ ਇਸ ਤੋਂ ਇਲਾਵਾ ਅਸੀਂ ਹੋਰ ਵੀ ਪ੍ਰੋਡਕਟ ਐਡ ਕਰਨਾ ਚਾਹੁੰਦੇ ਨਹੀਂ ਜੀ ਮੈਨੂੰ ਤਾਂ ਇਹ ਸ਼ੋਰੂਮ ਬਹੁਤ ਵਧੀਆ ਲੱਗਿਆ ਸੋ ਇਹਨੇ ਤੁਹਾਡੇ ਵਾਈਡ ਰੇਂਜ ਆਫ ਪ੍ਰੋਡਕਟਸ ਨੇ ਸਾਰਾ ਇਲੈਕਟ੍ਰੋਨਿਕ ਸਮਾਨ ਇੱਕ ਜਗ੍ਹਾ ਤੋਂ ਮਿਲ ਰਿਹਾ ਹੈਗਾ ਸੋ ਮੈਨੂੰ ਲੱਗਦਾ ਹੈਗਾ ਕਿ ਕਸਟਮਰ ਨੂੰ ਹੋਰ ਕੀ ਚਾਹੀਦਾ ਹੈਗਾ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਸੋ ਇਹ ਸੀ ਧੂਰੀਆ ਇਲੈਕਟ੍ਰੋਨਿਕਸ ਜੇ ਤੁਸੀਂ ਵੀ ਸੋਚ ਰਹੇ ਹੋ ਇਸ ਫੈਸਟੀਵਲ ਸੀਜ਼ਨ ਕੁਝ ਸ਼ਾਪਿੰਗ ਕਰਨ ਦੇ ਲਈ ਤੁਹਾਨੂੰ ਵੀ ਚਾਹੀਦੇ ਨੇ ਕੁਝ ਐਕਸਾਈਟਿੰਗ ਆਫਰਸ ਤੁਸੀਂ ਵੀ ਘਰ ਲੈ ਕੇ ਆਉਣਾ ਚਾਹੁੰਦੇ ਹੋ ਕੁਝ ਇਲੈਕਟ੍ਰੋਨਿਕ ਸਾਮਾਨ ਤਾਂ ਜੀ ਚੋਇਸ ਇੱਕ ਹੀ ਹੈ ਕੋਰਟ ਰੋਡ ਮਲੋਟ ਧੂਰੀਆ ਇਲੈਕਟ੍ਰੋਨਿਕਸ ਅ ਕੰਪਲੀਟ ਰੇਂਜ ਆਫ ਪ੍ਰੋਡਕਟ ਹਰ ਤਰੀਕੇ ਦੇ ਪ੍ਰੋਡਕਟ ਅਤੇ ਜਿੱਥੇ ਮਿਲ ਰਹੇ ਨੇ ਤੁਹਾਨੂੰ ਐਕਸਟਰਾ ਆਫਰਸ ਇੱਕ ਨਾਲ ਇੱਕ ਫ੍ਰੀ ਆਫਰ ਮਿਲ ਰਿਹਾ ਸੋ ਬਿਨਾਂ ਕਿਸੇ ਦੇਰੀ ਦੇ ਆਓ ਇਸ ਫੈਸਟੀਵਲ ਸੀਜ਼ਨ ਧੂਰੀਆ ਇਲੈਕਟ੍ਰੋਨਿਕਸ ਕੋਰਟ ਰੋਡ ਮਲੋਟ